ਗਾਇਸ, ਵੈਲਕਮ ਟੂ ਨਿਊ ਵਲੌਗ। ਆਪਾਂ ਨੂੰ ਨਿਕਲ ਚੁੱਕੇ ਇੱਥੋਂ ਸਵੇਰੇ ਤਿਆਰ ਹੋ ਕੇ। ਆ ਕਿਹੜਾ ਕਾਰਤਿਕ ਕਿੱਧਰ ਗਏ? ਬਾਕੀ ਹੋਏ ਕਿ ਆਏ ਨਹੀਂ? ਅਜੇ ਆਏ ਨਹੀਂ। ਸਵੇਰ ਸਵੇਰ ਦਾ ਟਾਈਮ ਆ, ਸਵੇਰ ਸਵੇਰ ਦਾ ਟਾਈਮ ਆ ਅਤੇ ਹੁਣ ਨਾਤੇ ਦੁੱਧ ਤਾਂ ਹੈ ਨਹੀਂ, ਮੂੰਹ ਹੱਥ ਹੋ ਕੇ ਨਿਕਲ ਗਏ ਆਪਾਂ। ਅਤੇ ਸਾਹਮਣੇ ਮਾਊਂਟੇਨ ਦੇਖੋ, ਬਾਕੀ ਆ ਸਾਰੇ ਹਜੇ ਆਈ ਜਾਂਦੇ ਆ। ਆ ਚੈੱਕ ਕਰੋ, ਨਹਾਤਾ ਸੀ ਹੋਏ ਬਸ ਹੁਣ ਸਾਰੇ ਆਂਦੇ, ਫਿਰ ਨਿਕਲਦੇ ਕਰਦੇ ਆ ਅੱਗੇ ਚੜਾਈ ਸ਼ੁਰੂ। ਗੱਡੀਆਂ ਕਿੰਨੀਆਂ ਜਾਈਂਦੇ? ਟੈਕਸੀ ਇਹ ਉਧਰ ਜਾ ਰਹੀ, ਚੰਦਨਵਾੜੀ ਹੋਏ ਹੈ, ਓਏ ਚੰਦਨਵਾੜੀ ਜਾ ਰਹੀ ਹੈ। ਭੋਜਪੁਰੀ ਚ ਗੱਲਾਂ ਕਰਦੇ ਆ, ਗੱਡੀ ਆ ਗਈ ਆ ਦੇਖੋ। ਅੱਧਾ ਘੰਟਾ ਲਾਤਾ ਇਹਨੇ ਆਉਣ ਚ, ਬਸ ਬਹਿਨੇ ਫਿਰ ਚੱਲਦੇ ਆ। ਚੈੱਕ ਕਰੋ, ਗੱਲ ਕਰੀਏ ਗੱਲ ਕਰੀਏ ਦੱਸ ਅਸੀਂ ਗਲਤੀ ਕਰ ਲਈ ਕੁਦਰਤ ਨੇ ਜੇ ਆਪਾਂ ਐਂ ਘੁੰਮਣ ਆਈਏ ਤਾਂ ਕਰਕੇ ਇੱਕ ਦੇ ਰਹੇ ਨੇ ਕਿ ਬਾਅਦ ਚ ਦੁਰਘਟਨਾ ਹੋ ਜਾਏ ਤਾਂ ਕੁਛ ਮਿਲ ਜਾਂਦੇ। ਜੈ ਬੋਲੇ ਮਿੱਤਰੋ, ਐਂਟਰੀ ਐਂਟਰੀ ਕਰਦੀ ਆਪਾਂ ਅੰਦਰ। ਆਪਣੇ ਇੱਕ ਬੰਦੇ ਦਾ ਕਾਰਡ ਨਹੀਂ ਬਣਿਆ ਸੀ, ਉਹ ਆਪਣਾ ਇਹਦਾ ਫੌਜੀ ਦਾ ਪਾਸ ਬਣਿਆ ਨਹੀਂ ਸੀ, ਬਹੁਤ ਟਾਈਮ ਗੱਲਬਾਤ ਜੀ ਕਰਕੇ ਪਾਸ ਬਣਵਾਤਾ। ਹੁਣ ਚੱਲਦੇ ਆਪਾਂ, ਫਿਰ ਲੰਗਰ ਛੱਡ। ਮਿੱਤਰੋ ਫਾਈਨਲੀ ਆਪਣੀ ਟ੍ਰੈਕਿੰਗ ਸਟਾਰਟ ਹੋ ਚੁੱਕੀ ਆ। ਇਹ ਪਾਊਚ ਭੁੱਲ ਆਇਆ ਸੀਗਾ, ਇਹ ਦੁਬਾਰਾ ਅੱਗੇ ਨਾਲੋਂ ਆਇਆ ਸੀ। ਉਹ ਯਾਰ ਪਾਊਚ ਰਹਿ ਗਿਆ ਸੀ ਉੱਥੇ, ਉਹਨੂੰ ਦਿਖਾਉਣਾ ਸੀ, ਉਹ ਤਾਂ ਹੁਣ ਦਿਖਾਉਣ ਜੋਗੀ ਨਹੀਂ ਰਹਿ ਗਿਆ ਸੀ ਤਾਂ। ਸਾਹ ਚੜਾਤੇ ਸਾਰੇ ਨੇ ਇੱਥੇ, ਉਹ ਪਾਊਚ ਭੁੱਲ ਗਏ ਸੀ, ਉਹ ਵਾਪਸ ਲੈਣ ਗਏ ਸੀਗੇ। ਅਤੇ ਬਾਕੀ ਸਾਰੇ ਅੱਗੇ ਹੈਗੇ, ਆਪਾਂ ਹੌਲੀ ਹੌਲੀ ਚੱਲੀ ਜਾਂਦੇ ਹਾਂ। ਅਤੇ ਉਹ ਸਾਰੇ ਵਿਊ ਦੇਖੋ ਤੁਸੀਂ, ਉਹ ਚੱਕ ਨਾਲ ਆਪਣੇ ਨਦੀ ਵਹੀ ਜਾਂਦੀ ਹੈ। ਚੱਲਦੇ ਹਾਂ, ਝਰਨਾ ਬਸ ਚੱਲਦੇ ਹਾਂ, ਭੋਲੇ ਬਾਬਾ ਦਾ ਨਾਂ ਲੈ ਲੈ ਕੇ ਚੜ੍ਹੀ ਜਾਂਦੇ ਹਾਂ ਚੜ੍ਹਾਈਆਂ। ਉੱਧਰ ਹੋਣੇ ਕੋਈ ਨਦੀ, ਕਿੰਨਾ ਘੈਂਟ ਝਰਨਾ ਹੈਗਾ, ਪੱਥਰਾਂ ਦਾ ਪੂਰਾ ਭਰਿਆ ਹੈਗਾ। ਇੱਧਰ ਜਾ ਦੇਖੋ, ਉੱਥੇ ਬੰਦਾ ਸ਼ਾਰਟਕੱਟ ਲੈ ਰਿਹਾ ਸੀ, ਫੌਜੀਆਂ ਨੇ ਤਾਰਤਾ ਥੱਲੇ। ਆ ਗੱਲ ਕਰੀ ਜਾਂਦੇ, ਉਹ ਇੱਕ ਹਜੇ ਉੱਥੇ ਬੈਠਾ ਸਾਹ ਲੈ ਰਿਹਾ। ਸਹੀ ਆ, ਕੱਲ ਨੂੰ ਕੁਛ ਹੋ ਗਿਆ ਫਿਰ ਪੈਰ ਤਾਂ ਇਹਨਾਂ 'ਤੇ ਤਿਲਕ ਜਾਂਦੇ, ਉਹ ਤਾਂ ਫਿਰ ਵੀ। ਜੈ ਸ਼ਿਵ ਸ਼ੰਭੂ, ਚੈੱਕ ਕਰੋ ਪੁੱਤਰਾਂ ਦੇਖੋ ਕਿੰਨੀ ਓਏ ਤਿਲਕਣ ਆ, ਪੂਰੀ ਤਿਲਕਣ ਮਤਲਬ ਚੜਾਈ ਤਾਂ ਹਲੇ ਪੂਰੀ ਪਈ ਆਪਣੀ। ਹੋ ਚੈੱਕ ਕਰੋ,
ਕੋਈ ਨਾ ਚਲੋ ਚਲੋ ਕੋਈ ਨਾ ਇੱਕ ਕਿਲੋਮੀਟਰ ਹੀ ਆ ਹਰ ਹਰ ਮਹਾਦੇਵ ਸਾਰਿਆਂ ਮਜ਼ਾ ਚਲਣਾ ਕਿੱਧਰੋਂ ਗਏ ਕਿਤੇ ਤਾਂ ਜਮਾਂ ਹੀ ਸਿੱਧੀ ਸੀ ਕਿਤੇ ਹੁਣ ਜਮਾਂ ਹੀ ਥੱਲੇ ਆਇਆ ਟ੍ਰੈਕਿੰਗ ਕਰਦੇ ਕਰਦੇ ਇੱਥੇ ਆਏ ਹਾਂ ਦਾਰੇ ਦਾ ਪਾਣੀ ਦਾਰਾ ਕਹਿੰਦੇ ਇਹਨੂੰ ਭਰ ਲਓ ਇਹ ਪਾਣੀ ਉੱਤੋਂ ਆ ਰਿਹਾ ਸਿੱਧਾ ਠੰਡਾ ਠੰਡਾ ਪਾਣੀ ਦਾਰੇ ਦਾ ਪਾਣੀ ਕਹਿੰਦੇ ਇਹਨੂੰ ਪਹਾੜ ਦਾ ਉਹੀ ਦਾਰਾ ਹੀ ਹੋ ਗਿਆ ਉੱਤੋਂ ਆ ਰਿਹਾ ਸਿੱਧਾ ਭਰਦੇ ਹਾਂ ਪਾਣੀ ਬਹੁਤ ਭਰਨ ਗਿਆ ਮੁੰਡਾ ਇੰਨੇ ਆਪਾਂ ਅੱਗੇ ਚੱਲਦੇ ਹਾਂ ਰੁਕਣਾ ਨਹੀਂ ਚਾਹੀਦਾ ਬਸ ਅੱਗੇ ਥੋੜ੍ਹਾ ਰਹਿ ਗਿਆ 400-500 ਮੀਟਰ ਰਹਿ ਗਿਆ ਪਿੱਸੂ ਟੋਪ 400-500 ਨਹੀਂ 200-300 ਹੀ ਰਹਿ ਗਿਆ ਬਸ ਅੱਗੇ ਚੱਲਦੇ ਹਾਂ ਉੱਥੋਂ ਦੀ ਆਇਆ ਸਰ ਆਹ ਵਾਲੀ ਟਰੈਕਿੰਗ ਬਹੁਤ ਕਰਨਾ ਅਸੀਂ ਕਦੇ ਜਮਾਂ ਹੀ ਉੱਤੇ ਪੱਥਰ ਪੱਥਰੇ ਸੀ ਆਹ ਪੁਰਾਣਾ ਰਸਤਾ ਜੀ ਜਿਹੜਾ ਆ ਰਿਹਾ ਅਤੇ ਹੁਣ ਇਹ ਖੱਚਰਾਂ ਦਾ ਅੱਡ ਕਰਤਾ ਇਹ ਰਸਤਾ ਹੁਣ ਇੱਧਰੋਂ ਆਉਂਦੇ ਆ ਇਹ ਇੱਥੇ ਸੌਖਾ ਹੈਗਾ ਅਤੇ ਜਿਹੜਾ ਅਸੀਂ ਇਹ ਨਵਾਂ ਬਣਾਇਆ ਔਖਾ ਹੈਗਾ ਬਸ ਉੱਥੇ ਜਾਣਾ ਆਪਾਂ ਉਹ ਸਾਹਮਣੇ ਟੈਂਟ ਲੱਗਿਆ ਇਹ ਲੰਬਾ ਰਸਤਾ ਆਪਣਾ ਕੋਈ ਨਾ ਇਹ ਉਹ ਅੱਡ ਕਰਤਾ ਚੱਲ ਬਾਕੀ ਆਪਾਂ ਉੱਥੇ ਪਹੁੰਚਣਾ ਹੁਣ ਇੱਥੇ ਰੈਸਟ ਕਰਦੇ ਹਾਂ ਅਤੇ ਲੰਗਰ ਲੁੰਗਰ ਖਾਂਦੇ ਹਾਂ ਚਲੋ ਜੈ ਭੋਲੇ ਜੈ ਭੋਲੇ 4 ਕਿਲੋਮੀਟਰ ਟਰੈਕਿੰਗ ਕਰ ਲਈ ਆਪਾਂ 4 ਕਿਲੋਮੀਟਰ 9 ਕਿਲੋਮੀਟਰ ਰਹਿ ਗਿਆ ਸ਼ੇਸ਼ ਨਾਗ ਅੱਜ ਸ਼ੇਸ਼ ਨਾਗ ਸਟੋਪ ਆਪਣਾ ਚੱਲਦੇ ਹਾਂ ਹਾਂਜੀ ਮਿੱਤਰੋ ਇੱਥੇ ਆ ਕੇ ਆਪਾਂ ਰੈਸਟ ਕੀਤਾ ਜੈ ਬੋਲੇ ਇੱਥੇ ਆ ਕੇ ਆਪਾਂ ਦੁੱਧ ਪੀਤਾ ਰੈਸਟ ਕੀਤਾ ਅਤੇ ਬਸ ਹੁਣ ਨਿਕਲਣ ਤਿਆਰੀ 'ਚ ਅਤੇ ਆਹ ਦੇਖੋ ਇਹ ਲੰਗਰ ਲੱਗਿਆ ਇਕੱਠ ਜ਼ਿਆਦਾ ਸੀ ਕੁਛ ਅਜੇ ਬਸ ਚੱਲਦੇ ਹਾਂ ਹੁਣ ਥੋੜ੍ਹੀ ਦੇਰ 'ਚ ਸਾਹਮਣੇ ਲੰਗਰ ਲੱਗੇ ਪਏ ਆ ਭੀੜ ਇੱਥੇ ਬਹੁਤ ਆ ਬਸ ਨਿਕਲਦੇ ਪਿੱਛੇ ਟੋਪ ਤੋਂ ਹਾਂਜੀ ਬੋਲੇ ਲੰਗਰ ਲੁੰਗਰ ਖਾ ਕੇ ਨਿਕਲ ਗਿਆ ਹੋਰ ਲੰਗਰ ਕਿਵੇਂ ਲੱਗਿਆ ਕੇਸਰ ਦਾ ਦੁੱਧ ਸੀ ਤੇ ਮਿਠਾਈ ਸੀ ਹੋਰ ਬਹੁਤ ਕੁਛ ਸੀਗਾ ਖਾਧਾ ਸਾਰਾ ਕੁਛ ਹੈ ਨੀ ਉਹ ਫਿਰ ਇੰਨਾ ਖਾਧਾ ਤਲ ਕੇ ਖਾ ਕੇ ਕਿੱਧਰ ਹੋ ਜਾ ਤਲ ਕੇ ਖਾ ਕੇ ਕਰਨਾ ਵੀ ਸੀ ਬਸ ਚੱਲੇ ਹਾਂ ਹੁਣ ਪਿੱਛੇ ਟੋਪ ਤੋਂ ਨਿਕਲ ਗਈਆਂ ਸ਼ੇਸ਼ ਨਾਗ ਵੱਲ ਚੈੱਕ ਕਰੋ ਹਿਮਾਲਿਆ ਬਰਫ਼ ਦਿਸਣ ਲੱਗ ਗਈ ਆਹ ਖਾਈ ਆ ਗਈ ਇੱਥੇ ਹਾਂਜੀ ਮਿੱਤਰੋ ਟਰੈਕਿੰਗ ਕਰਦੇ ਕਰਦੇ ਇੱਥੋਂ ਤੱਕ ਤਾਂ ਪਹੁੰਚ ਗਏ ਕਿ ਆਪਾਂ ਨੂੰ ਬਰਫ਼ ਕੋਲੋਂ ਦੇਖਣ ਨੂੰ ਮਿਲ ਗਈ ਪਹਿਲਾਂ ਚਲੋ ਦੂਰ ਸੀਗੀ ਹੁਣ ਕੋਲੋਂ ਦੇਖਣ ਨੂੰ ਮਿਲ ਗਈ ਗੰਦੀ ਹੋਈ ਵੀ ਹੈ ਕਿਉਂਕਿ ਮਿੱਟੀ ਮੁੱਟੀ ਨਾ ਹੋ ਜਾਂਦੀ ਹੈ ਗੰਦੀ ਉੱਪਰੋਂ ਪਾਣੀ ਆ ਜਾਂਦਾ ਉਹ ਬਰਫ਼ ਚੈੱਕ ਕਰੋ ਕਰਾਨੇ ਹੁਣ ਨੇੜੇ ਜਾ ਕੇ ਚੈੱਕ
ਟ੍ਰੈਕਿੰਗ ਕਰਦੇ ਕਰਦੇ ਇੱਧਰੋਂ ਆ ਗਏ ਸੀ, ਕਿਆ ਚੈੱਕ ਕਰੋ ਤੁਸੀਂ, ਬਰਫ਼ ਜੰਮੀ ਵੀ ਹੈ ਅਤੇ ਝਰਨਾ ਕਿੱਡਾ, ਉਸ ਅੱਗੇ ਵੀ ਬਰਫ਼ ਆ, ਓਏ ਬਹੁਤ ਬਰਫ਼ ਆ ਹਜੇ, ਅੱਗੇ ਆਪਾਂ ਨੂੰ ਬਹੁਤ ਜ਼ਿਆਦਾ ਬਰਫ਼ ਮਿਲੂਗੀ, ਚੱਲੀ ਜਾਂਦੇ ਹਾਂ ਬੋਲੇ ਬਾਬੇ ਦਾ ਨਾਂ ਲੈ ਕੇ, ਜੈ ਬੋਲਦਾ, ਚਲੋ 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 ਆ ਚੈੱਕ ਕਰੋ ਜੀ, ਵਾਟਰ ਕ੍ਰੋਸਿੰਗ ਇੱਧਰ, ਵਾਹ ਘੋੜੇ ਪਾਣੀ ਪੀ ਰਹੇ, ਤੁਸੀਂ ਇੱਧਰੋਂ ਲੰਘ ਰਿਹਾ, ਉੱਤੋਂ ਆ ਰਿਹਾ ਹੋਰ ਜਾ ਰਿਹਾ, ਜਾਜੀਵਾਲ ਤੋਂ 1 ਕਿਲੋਮੀਟਰ ਪਿੱਛੇ ਰੁਕੇ ਹਾਂ ਆਪਾਂ, ਉਹ ਸਾਹਮਣੇ ਜਾਜੀਵਾਲ ਆ, ਉਹ ਗਾਂਹ ਟੈਂਟ ਦਿਸੀ ਜਾਂਦੇ, ਅਤੇ ਇੱਧਰ ਬਰਫ਼ ਚੈੱਕ ਕਰੋ ਮਾਊਂਟੇਨ 'ਤੇ ਪਿੱਛੇ, ਪੂਰਾ ਚਿੱਟਾ ਚਿੱਟਾ ਬਰਫ਼ ਦਾ ਪਹਾੜ ਆ, ਅਤੇ ਨਦੀ, ਉਹ ਨਦੀ ਦਾ ਤਾਂ ਇੱਥੇ ਵਿਊ ਘੈਂਟ ਆ, ਉਹ ਦੇਖ ਘੋੜੇ ਵਿਚਾਲੇ ਤੁਰੇ ਫਿਰਦੇ, ਬਸ ਚੱਲਦੇ ਹਾਂ ਹੁਣ ਇੱਥੇ ਰੈਸਟ ਕਰਕੇ, ਇੱਧਰ ਆ ਪੱਥਰਾਂ 'ਤੇ ਪਹਾੜ ਆ ਪੂਰੇ, ਬਸ ਰੈਸਟ ਕੀ ਗੱਲ, ਚੱਲਦੀ ਹਾਂ ਸਾਹਮਣੇ 1 ਕਿਲੋਮੀਟਰ ਦੂਰ ਹੀ ਰਹਿ ਗਿਆ, ਚੱਲਦੇ ਹਾਂ ਫੋਟੋ ਆਟੋ ਖਿਚਾਉਣ ਤੋਂ ਬਾਅਦ, ਇੱਥੇ ਵਿਊ ਬਹੁਤ ਘੈਂਟ ਸੀਗਾ, ਫੋਟੋ ਖਿਚਾਈਆਂ ਵਾਧੂ, ਤੇ 5 ਕੁ ਮਿੰਟ ਹੋਏ ਆਪਾਂ ਨੂੰ ਰੁਕੇ ਨੂੰ, ਹੁਣ ਚੱਲਣ ਲੱਗਿਆ ਟ੍ਰੈਕਿੰਗ ਸਟਾਰਟ ਕਰਨ, ਡੰਡਾ ਚੱਕ ਲਈਏ, ਚਲੋ ਚੱਲਦੇ ਹਾਂ, ਜੈ ਭੋਲੇ ਜੀ, ਜੈ ਭੋਲੇ, ਹਰ ਹਰ ਮਹਾਦੇਵ, ਚਲੋ ਹਾਂਜੀ ਮਿੱਤਰੋ, ਇੰਨੀ ਜ਼ਿਆਦਾ ਟ੍ਰੈਕਿੰਗ ਕਰਨ ਤੋਂ ਬਾਅਦ ਜੋਜੀਪਾਲ ਡੇਰੇ ਆ ਗਏ ਆਪਾਂ, ਲੰਗਰ ਲੱਗਿਆ ਇੱਥੇ ਸਾਰਾ, ਅਤੇ ਇੱਥੇ ਸਾਹ ਸੁੱਕਣ ਲੱਗ ਗਏ, ਬਸ ਆਉਂਦੇ ਹਾਂ ਇੱਥੇ, ਬਰਫ਼ ਤਾਂ ਦਿਖਾ ਦਿੱਤੀ ਉਹਦੇ ਬਰਫ਼, ਬਸ ਹੁਣ ਜਾਂਦੇ ਹਾਂ ਰੈਸਟ ਕਰਦੇ ਹਾਂ, ਲੰਗਰ ਲੁੰਗਰ ਖਾਂਦੇ ਹਾਂ, ਫਿਰ ਚੱਲਾਂਗੇ, ਪਾਣੀ ਬਹੁਤ ਠੰਡਾ ਹੋਊਗਾ ਯਾਰ, ਲੋਕ ਨਹਾਈ ਵੀ ਜਾਂਦੇ ਕਈ, ਲੰਗਰ ਖਾ ਕੇ ਹੁਣ ਚੱਲੇ ਅਗਲੇ ਲੰਗਰ 'ਚ, ਦਹੀਂ ਪੱਲੇ ਖਾ ਲਏ, ਚੱਲਦੇ ਹੁਣ ਅੱਗੇ, ਬ੍ਰੈਡ ਖਾਣਾ ਹੈ ਆਪਾਂ, ਇੱਧਰ ਹੋਰ ਵੀ ਬਹੁਤ ਪਾਓ ਜੀ, ਹੋਰ ਵੀ ਬਹੁਤ ਚੀਜ਼ਾਂ ਪਰ ਸਾਰੀਆਂ ਹੈਵੀਆਂ ਹੁੰਦੀਆਂ, ਦਹੀਂ ਹਲਕੀ ਚੀਜ਼ ਪਾਓ, ਆ ਚੱਕ ਲਈ ਬਰਫ਼ ਆ ਗਈ, ਗੰਦੀ ਬਹੁਤ ਹੋਈ ਵੀ ਕਿਉਂ ਮਿੱਟੀ ਆ, ਹੋਰ ਠੰਡਕ ਵੀ ਬਹੁਤ ਹੋਏ ਬਰਫ਼, ਅੱਗੇ ਹਜੇ ਹੋਰ ਵੀ ਬਹੁਤ ਮਿਲੂ ਆਪਾਂ, ਚਲ ਬੋਲੇ ਆ ਚੈੱਕ ਕਰੋ ਜੀ, ਝਰਨਾ ਇੱਥੋਂ ਆ ਰਿਹਾ, ਉੱਥੋਂ ਆ ਰਿਹਾ ਹੈਗਾ ਉਹ ਸਾਹਮਣੋਂ, ਅਤੇ ਥੱਲੇ ਵਗ ਰਿਹਾ, ਚਲੋ ਚਲੋ ਗਾਹ ਆ ਰਿਹਾ, ਬਹੁਤ ਘੈਂਟ ਵੀ ਵਾ, ਬਸ ਐਂ ਭੀੜ ਬਹੁਤ ਹੁੰਦੀ, ਤੁਸੀਂ ਖੜ੍ਹਨ ਦਾ ਮਨ ਨਹੀਂ ਕਰਦਾ, ਪਾਣੀ ਦੇ ਛਿੱਟੇ ਆ ਰਿਹਾ ਠੰਡੇ ਠੰਡੇ, ਵਿਊ ਚੈੱਕ ਕਰੋ ਯਾਰ ਪਿੱਛੇ ਦਾ, ਦੇਖੋ ਬਹੁਤ ਘੈਂਟ ਵਿਊ ਆ,
ਤੋਂ ਆ ਰਿਹਾ ਪੂਰਾ ਤੇ ਪਾਣੀ ਦੇ ਠੰਡੇ ਠੰਡੇ ਛਿੱਟੇ ਪੈ ਰਹੇ ਆ ਪਾਣੀ ਦੇ, ਉਹਦੇ ਸ਼ੋਰ ਨਾਲ ਆਵਾਜ਼ ਵੀ ਨਹੀਂ ਆ ਰਹੀ ਹੋਣੀ। ਆਹ ਚੱਕੋ ਵੀ ਖੜੀ ਚੜ੍ਹਾਈ ਆ ਗਈ ਹੁਣ, ਆਹ ਸਾਰੀ ਖੜੀ ਚੜ੍ਹਾਈ ਆ ਐਂ ਜਾਂਦੀ ਆ। ਇੱਕ ਹੋਰ ਝਰਨਾ, ਆਪਾਂ ਝਰਨੇ ਦੇ ਉੱਤੋਂ ਲੰਘ ਕੇ ਜਾਵਾਂਗੇ। ਹੁਣ ਚੜ੍ਹਾਈ ਲਗਭਗ ਖੜੀ ਹੈ ਯਾਰ। ਹਾਂਜੀ ਮਿੱਤਰੋ, ਟਰੈਕਿੰਗ ਕਰਦੇ ਕਰਦੇ ਬਸ ਨੇੜੇ ਆ ਗਿਆ ਆਪਾਂ ਸ਼ੇਸ਼ ਨਾਗ ਦੇ, ਅਤੇ ਬਸ ਹੁਣ ਨਿਕਲਦੇ ਹਾਂ। ਥੋੜ੍ਹਾ 2 ਮਿੰਟ ਬਹਿ ਗਏ ਸੀ, ਹੁਣ ਫਿਰ ਨਿਕਲਦੇ ਹੈਗੇ। ਬਰਫ਼ ਬਸ ਥੋੜ੍ਹੇ ਹੀ ਰਹਿ ਗਏ, ਚੱਲਦੇ ਹੁਣ। ਖੜੀ ਹੈ ਨਾ ਪਹਾੜੀ ਤਾਈਓ, ਪਹਾੜੀ ਖੜੀ ਹੈ ਨਾ ਤਾਈਓ, ਸਾਹ ਬਹੁਤ ਚੜ੍ਹਦਾ ਹੈਗਾ, ਪੱਥਰ ਬਹੁਤ ਹੈ ਇੱਥੇ, ਹਵਾ ਬਹੁਤ ਠੰਡੀ ਠੰਡੀ ਚੱਲੀ ਜਾਂਦੀ ਹੈ। ਬਸ ਚੱਲਦੇ ਹਾਂ ਹੁਣ। ਰੈਸਟ ਕਰਦੇ ਆ, ਫਿਰ ਇਧਰ ਉਧਰ ਟੈਂਟ ਦੇਖਦੇ ਪਹਿਲਾਂ ਤਾਂ। ਬਾਕੀ ਅਸੀਂ 7 ਬੰਦੇ ਆ, 3 ਬੰਦੇ ਹੋਰ ਐਡ ਕਰਦੇ ਆ, 12 ਆ ਬਈ ਕਿ 14 ਕਿਲੋਮੀਟਰ ਆ ਗਿਆ। ਤੇ ਆ ਦੇਖੋ ਮਿੱਤਰੋ, ਫਾਈਨਲੀ ਆਪਾਂ ਆ ਗਏ ਹਾਂ ਸ਼ੇਸ਼ਨਾਗ। ਹੁਣ ਇੱਥੇ ਲੰਗਰ ਹਾਲ 'ਚ ਬੈਠੇ ਹਾਂ, ਕਿਉਂਕਿ ਆਪਣੇ ਬੰਦੇ ਪਿੱਛੇ ਆ, ਉਹਨਾਂ ਤੋਂ ਬਿਨਾਂ ਟੈਂਟ ਨਹੀਂ ਲੈ ਸਕਦੇ, ਕਿਉਂਕਿ 10 ਜਣੇ ਟੈਂਟ ਹੁੰਦਾ। ਜੇ ਆਪਾਂ ਕਿਸੇ ਹੋਰ ਜਣੇ ਨੂੰ ਵਿੱਚ ਵਾੜਾਂਗੇ ਰਿਸਕ ਰਹਿੰਦਾ, ਕਈ ਵਾਰ ਬੰਦਾ ਕਿਹੋ ਜਿਹਾ ਹੁੰਦਾ, ਆਪਣੇ ਬੰਦੇ ਵਾੜਾਂਗੇ, ਉਹ ਹੁਣ ਆ ਜਾਣਗੇ 1/2 ਘੰਟੇ ਨੂੰ। ਅਤੇ ਬਸ ਹੁਣ ਬੈਠੇ ਹਾਂ ਇੱਥੇ, ਚਾਹ ਪਾਣੀ ਪੀਂਦੇ ਹਾਂ, ਚਾਹ ਪਾਣੀ ਪੀਂਦੇ, ਮੂੰਹ ਹੱਥ ਧੋਂਦੇ ਹਾਂ, ਪੂਰਾ ਮਿੱਟੀ ਨਾਲ ਭਰ ਗਿਆ। ਲੋਰ ਦੇਖੋ, ਲੋਰ ਦਾ ਕੀ ਹਾਲ ਆ, ਲੋਰ ਆ ਬੂਟ ਸਾਰਿਆਂ ਦਾ ਹੀ ਹਾਲ ਆ ਦੇਖੋ, ਬਹੁਤ ਬੁਰਾ ਹਾਲ ਆ। ਆਹ ਚੱਕ ਲੋਰ ਦਾ ਬਹੁਤ ਭੈੜਾ, ਕਾਲੀ ਲੋਰ ਦਾ ਬੜਾ ਭੈੜਾ ਹਾਲ ਆ ਸਾਡੇ ਦੋਵਾਂ ਦੀ। ਬਸ ਹੁਣ ਰੈਸਟ ਕਰਦੇ ਹਾਂ, ਫਿਰ ਥੋੜ੍ਹੀ ਦੇਰ ਨੂੰ ਦੇਖਦੇ ਕੀ ਬਣਦਾ ਹੈਗਾ। ਹੁਣ ਚੱਲਦੇ ਮੂੰਹ ਹੱਥ ਧੋਣ, ਅਤੇ ਨਾਲੇ ਚਾਹ ਪੀ ਕੇ ਆਵਾਂਗੇ, ਬਾਅਦ ਹੀ ਆ ਚੱਲਦੇ ਹਾਂ। ਸਰੀਰ ਦਾ ਬੜਾ ਟੁੱਟਿਆ ਹੋਇਆ, ਚਲੋ ਮਿੱਤਰੋ ਵਾਸ਼ਰੂਮ ਵਗੈਰਾ ਕਰਕੇ ਫਰੈਸ਼ ਫਰੁਸ਼ ਹੋ ਕੇ ਮੂੰਹ ਹੱਥ ਧੋ ਲਿਆ, ਹੁਣ ਜਾ ਕੇ ਪੀਂਦੇ ਹਾਂ ਚਾਹ। ਚਾਹ ਪੀਂਦੇ ਸਾਹਮਣੇ ਹਾਲ ਆ, ਇੱਧਰ ਹੀ ਆਪਣੇ ਬੰਦੇ ਪਏ ਆ 2-3, ਅਤੇ ਅਸੀਂ ਆਏ ਸੀ ਬਸ ਚਾਹ ਪੀਣ ਆਏ ਸੀ, ਅਤੇ ਹੋ ਗਈ ਚਾਹ ਖਤਮ, ਉਹ ਬਾਈ ਲੈਣ ਗਿਆ ਹੈਗਾ ਰਸਾ ਚਾਹ ਨਾਲ। ਬਸ ਚਾਹ ਆਉਂਦੀ ਹੈ ਥੋੜ੍ਹੀ ਦੇਰ 'ਚ, ਫਿਰ ਪੀਂਦੇ ਹਾਂ। ਆਪਣੇ ਉਹ ਬੰਦੇ ਪਏ 2 ਉੱਥੇ ਬੈਠੇ ਆ, ਚਾਹ ਆ ਗਈ ਮਿੱਤਰੋ, ਚਾਹ ਪੀਂਦੇ ਹਾਂ, ਸਾਰੇ ਪੀ ਰਹੇ ਆ, ਆਪਾਂ ਵੀ ਪੀਂਦੇ ਹਾਂ ਚਾਹ ਪੀ ਕੇ। ਹਾਂਜੀ ਮਿੱਤਰੋ, ਲੰਗਰ ਖਾ ਲਿਆ, ਕੇਸਰਾ ਦੁੱਧ ਪੀ ਲਿਆ, ਵਿਹਲੇ ਹੋ ਗਏ। ਹੁਣ ਟੈਂਟ ਲੈਣ ਗਏ ਸੀ ਮੁੰਡੇ, ਚੱਲਦੇ ਉਹਨਾਂ ਕੋਲ, ਦੇਖਦੇ ਕੀ ਮਾਹੌਲ ਚੱਲ ਰਿਹਾ, ਟੈਂਟ ਕਿਵੇਂ ਮਿਲਿਆ, ਕਿੰਨੇ ਕੀ ਰੇਟ ਹਿਸਾਬ ਕਿਤਾਬ ਆ। ਇੱਥੇ ਖੜੇ ਦਿਸੀ ਜਾਂਦੇ ਸੀ ਯਾਰ, ਹੁਣ ਗਾਇਬ ਹੋ ਗਏ। ਚੱਲਦੇ ਉਹਨਾਂ ਕੋਲ ਟੈਂਟ ਦਾ, ਦੇਖਦੇ ਹਾਂ ਮੌਸਮ, ਦੇਖੋ ਠੰਡ ਬਹੁਤ ਹੋ ਗਈ। ਆਪਾਂ ਟੈਂਟ ਦਾ ਕੰਮ ਹੋ ਗਿਆ 540 ਰੁਪਏ ਪਰ ਹੈੱਡ, ਅਤੇ ਇੱਕ ਟੈਂਟ 'ਚ 10 ਬੰਦੇ, ਅਤੇ ਉਹ 'ਚ ਫਿਰ ਸਾਨੂੰ ਸੌਕਟ ਵਗੈਰਾ ਤਾਂ ਨਹੀਂ ਹੋਣੀ ਯਾਰ, ਕਿੱਥੇ ਹੁੰਦੇ ਆ ਇੱਕ ਬਲ ਹੋਊਗਾ, ਜਿਵੇਂ ਪੁਰਾਣੇ ਜ਼ਮਾਨੇ 'ਚ ਨਹੀਂ ਹੁੰਦਾ ਸੀ ਆਪਣਾ ਪਲੱਗ ਲੱਗਿਆ। ਚਲੋ ਕੋਈ ਨਾ, ਆਪਾਂ ਨੂੰ ਯਾਰ ਹੁਣ ਠੰਡ ਹੋ ਰਹੀ ਆ,
ਜਲਦੀ ਜਲਦੀ ਅੰਦਰ ਵੜ ਜਾਓ। ਧੁੱਪ ਕਿੱਥੇ ਚੱਲ ਗਈ, ਉਹ ਚਾਨਣ ਉਧਰ ਗਏ ਤੇ ਠੰਡ ਬਹੁਤ ਹੋ ਗਈ। ਬਸ ਛੇਤੀ ਛੇਤੀ ਆਪਦਾ ਕੰਮ ਕਰਕੇ ਉੱਥੇ ਵੜਦੇ ਹਾਂ। ਇਸ ਤਰ੍ਹਾਂ ਮਿੱਤਰੋ ਟੈਂਟ ਵਗੈਰਾ ਲੈ ਲਿਆ ਆਪਾਂ ਆਈਆਂ, ਡਬਲ ਡਬਲ ਕੰਬਲ ਕਰਕੇ ਆਏ। ਬਾਅਦ ਖਾ ਦਿੱਤੀ ਬਾਬੇ।